ਪ੍ਰੋਫੈਸਰ ਕਰਮਜੀਤ ਕੌਰ ਚੌਧਰੀ ਨੂੰ ਲੋਕ ਜਲੰਧਰ ਦੇ ਵੋਟਾਂ ਕਿਉਂ ਪਾਉਣ ਇੱਕ ਵਿਚਾਰਤਾਰਾ ਨਾਲ ਜੁੜ ਕੇ ਜਿੱਥੇ ਪਲਦੇ ਵੜਦੇ ਹੋ ਤੁਸੀਂ ਜੇ ਉਹਦੇ ਮਿੱਤ ਨਹੀਂ ਹੋਏ ਜੇ ਤੁਸੀਂ ਉਹਦੇ ਵਫਾਦਾਰ ਨਹੀਂ ਹੋਏ ਤਾਂ ਜਿਹਨੂੰ ਤੁਸੀਂ 10 ਦਿਨ ਪਹਿਲਾਂ ਜੁਆਇਨ ਕੀਤੀ ਪਾਰਟੀ ਉਹਦੇ ਤੁਸੀਂ ਸੋਲੇ ਕਿਦਾਂ ਗਾਉਂਗੇ ਸਿੱਧੂ ਮਸੂਏ ਵਾਲੇ ਦੇ ਮਾਤਾ ਪਿਤਾ ਇੱਥੇ ਪ੍ਰਚਾਰ ਕਰਨ ਦੇ ਲਈ ਆਏ ਨੇ ਤੇ ਉਹਦਾ ਬੜਾ ਵੱਡਾ ਗੱਲ ਚੱਲ ਰਹੀ ਹੈ ਉਹ ਕਹਿੰਦੇ ਕਿ ਕਾਂਗਰਸ ਨੂੰ ਬੈਨੀਫਿਟ ਦੇਣ ਦੇ ਲਈ ਉਹ ਇੱਥੇ ਆਏ ਨੇ ਇਹ ਦੁਖ ਦੀ ਗੱਲ ਹੈ ਜੇ ਕੋਈ ਇੰਜ ਕਹਿ ਰਿਹਾ ਇੱਕ ਮਾਂ-ਬਾਪ ਦਾ ਇਕਲੌਤਾ ਬੱਚਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਔਰ ਉਹ ਮਾਂ-ਬਾਪ ਆਪਣੇ ਲਈ ਇਨਸਾਫ ਮੰਗ ਰਹੇ ਤਾਂ ਇਹਦਾ ਫਾਇਦਾ ਕਾਂਗਰਸ ਨੂੰ ਕਿਸ ਤਰ੍ਹਾਂ ਹੋਏਗਾ ਜੀ ਮੈਂ ਤਾਂ ਇੱਕ ਮਾਂ ਹਾਂ ਇੱਕ ਇਕਲੌਤੇ ਬੇٹے ਦੀ ਮਾਂ ਹਾਂ ਤਾਂ ਮੈਂ ਉਹਨਾਂ ਦਾ ਦਰਦ ਸਮਝ ਸਕਦੀ ਹਾਂ ਕਿ ਇੱਕ ਮਾਂ ਦੇ ਦਿਲ ਤੇ ਇੱਕ ਬਾਪ ਦੇ ਦਿਲ ਤੇ ਕੀ ਵੀ ਥੀ ਪਾਰਟੀ ਦਾ ਤੁਹਾਡੀ ਪਾਰਟੀ ਦੇ ਵਿੱਚੋਂ ਕੈਂਡੀਡੇਟ ਕਿਹਦੇ ਉਧਰ ਲਿਜਾ ਕੇ ਸ਼ਾਮ ਕਰਾ ਕੇ ਉਹਨਾਂ ਨੇ ਕੈਂਡੀਟ ਮੰਤ ਭਾਗੀ ਗੱਲ ਹੈ ਕਿ ਇੱਕ ਸਟੈਬਲਿਸ਼ਡ ਲੀਡਰ ਦੇ ਤੌਰ ਤੇ ਉੱਭਰ ਰਹੇ ਹੋਏ ਇੱਕ ਸੱਚ ਨੇ ਆਪਣੇ ਆਪ ਨੂੰ ਅਰਪਿਤ ਕਰ ਦਿੱਤਾ ਇੰਨੇ ਵੱਡੇ ਮੰਡੇਟ ਦੇ ਵਿੱਚ ਮੈਂ ਹੈਰਾਨ ਆ ਕਿ ਇਹਨਾਂ ਦਾ ਸਭ ਤੋਂ ਪਹਿਲਾ ਫੋਰਟ ਨਾਈਟ ਦਾ ਇਸ ਗੱਲ ਤੇ ਜ਼ੋਰ ਤੇ ਲੱਗਿਆ ਕਿ ਅਸੀਂ ਸ਼ਿਕਾਰ ਕਿੱਥੋਂ ਖੇਢੀਏ ਇੱਕ ਗਦਾਰੀ ਕਰ ਦਿੱਤੀ ਆਪਣੇ ਹੀ ਪਾਰਟੀ ਨਾਲ ਜਿਨੇ ਉਹਨਾਂ ਨੂੰ ਇੱਕ ਛੋਟੇ ਪੱਦਰ ਤੋਂ ਉੱਠ ਕੇ ਇੱਕ ਐਮਐਲਏ ਬਣਾਇ ਜਿਸਨੇ ਦਿਨਵਾਲਾ ਮੋਝ ਪਾਇਆ ਉਹਦਾ ਹੱਥ ਕੱਟ ਲਿਆ ਪਾਚੀ ਕਾਲ ਦੀ ਪੰਜਾਬੀ ਨਿਊਜ਼ ਕੋਰਨਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਜਲੰਧਰ ਦੀ ਜਿਮਣੀ ਚੌਂ ਦੇ ਵਿੱਚ ਪਹੁੰਚੇ ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਕਰਮਜੀਤ ਕੌਰ ਚੌਧਰੀ ਸਾਡੇ ਨਾਲ ਇਸ ਖਾਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਪ੍ਰੋਫੈਸਰ ਜੀ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਕੁਲਵਿੰਦਰ ਜੀ ਜਲੰਧਰ ਜਿਮਣੀ ਚੌਂ ਦਾ ਖਾੜਾਪੁਰੀ ਤਹਾਂ ਪੱਖਿਆ ਹੋਇਆ ਤੇ ਦੋ ਦਿਨ ਜਿਹੜੇ ਆ ਪ੍ਰਚਾਰ ਦੇ ਬਾਕੀ ਰਹਿੰਦੇ ਆ ਤੇ ਕਿੱਥੇ ਖੜਾ ਦੇਖਦੇ ਹਾਂ ਆਪਣੇ ਆਪ ਨੂੰ ਬਹੁਤ ਹੀ ਅੱਛਾ ਮਾਹੌਲ ਬਣਿਆ ਹੋਇਆ ਹੈ ਜੀ ਔਰ ਕਰੀਬ ਤਿੰਨ ਹਫ਼ਤੇ ਤੋਂ ਉੱਪਰ ਦੇ ਅਸੀਂ ਆਪਣੀ ਚੋਣ ਪ੍ਰਚਾਰ ਚ ਲੱਗੇ ਆ ਔਰ ਜੋ ਰਿਸਪੌਂਸ ਸਾਨੂੰ ਮਿਲ ਰਿਹਾ ਹੈ ਜੋ ਲੋਕਾਂ ਦਾ ਸਹਿਯੋਗ ਲੋਕਾਂ ਦਾ ਸਤਿਕਾਰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਉਹਦੇ ਨਾਲ ਅਸੀਂ ਬਹੁਤ ਆਸ਼ਵਸਤ ਹੈ ਕਿ ਅਸੀਂ ਬਹੁਤ ਅੱਛਾ ਪਰਫਾਰਮ ਕਰਾਂਗੇ ਔਰ ਜਿੱਤਾਂਗੇ ਤੇ ਇੱਕ ਸਵਾਲ ਹੈਗਾ ਕਿ ਪ੍ਰੋਫੈਸਰ ਕਰਮਜੀਤ ਕੌਰ ਚੌਧਰੀ ਨੂੰ ਲੋਕ ਜਲੰਧਰ ਦੇ ਵੋਟਾਂ ਕਿਉਂ ਪਾਉਣ ਮੈਂ ਪ੍ਰੋਫੈਸਰ ਕਰਮਜੀਤ ਕੌਰ ਤੁਸੀ ਕਹਿ ਰਹੇ ਹੋ ਇਹ ਮੇਰੀ ਆਪਣੀ ਨਿੱਜੀ ਇੱਕ ਜ਼ਿੰਦਗੀ ਦਾ ਹਿੱਸਾ ਹੈ ਔਰ ਕਰੀਬ 40 ਵਰੇ ਮੈਂ ਸਿੱਖਿਆ ਦੇ ਖੇਤਰ ਨੂੰ ਦਿੱਤੇ ਨੇ ਤੇ ਸਿੱਖਿਆ ਦੇ ਖੇਤਰ ਚ ਕੰਮ ਕੀਤਾ ਮੈਂ ਆਪਣਾ ਬੜਾ ਸਮਰਪਿਤ ਭਾਵਨਾ ਨਾਲ ਤੇ ਉਸ ਨਾਤੇ ਨਾਲ ਅਗਰ ਕਿਹਾ ਜਾਏ ਤਾਂ ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਵੋਟਾਂ ਮੰਗਣ ਦੀ ਹੱਕਦਾਰ ਹਾਂ ਦੂਸਰਾ ਕਾਰਨ ਇਹ ਹੈ ਕਿ ਸਾਡਾ ਪਰਿਵਾਰ ਅ ਕਰੀਬ-ਕਰੀਬ ਹੁਣ 100 ਵਰੇ ਪੂਰੇ ਕਰਨ ਵਾਲਾ ਹੈ ਔਰ 100 ਵਰੇ ਤੋਂ ਸਾਡਾ ਪਰਿਵਾਰ ਇੱਕ ਪਾਰਟੀ ਨਾਲ ਇੱਕ ਸੁਰਤਾ ਨਾਲ ਚਾਹੇ ਉਸ ਪਾਰਟੀ ਤੇ ਜਿੰਨਾ ਮਰਜ਼ੀ ਉਤਾਹ ਚੜਾਇਆ ਹੋਵੇ ਜਿਹੜਾ ਆਏ ਹੋਏ ਅਸੀਂ ਉਹਦੇ ਨਾਲ ਖੜੇ ਆਂ ਔਰ ਅਸੀਂ ਉਹਦੇ ਚ ਰਹਿ ਕੇ ਉਹਦੀ ਸੇਵਾ ਕੀਤੀ ਹੈ ਔਰ ਸਭ ਤੋਂ ਜ਼ਿਆਦਾ ਜਿਹੜਾ ਇੱਕ ਮੈਂ ਮੈਂਸ਼ਨ ਕਰਨਾ ਚਾਹੁੰਦੀ ਆ ਗੱਲ ਕਿ ਇੰਨਾ ਲੰਮਾ ਅਰਸਾ ਜੇ ਅਸੀਂ ਐ ਦਿੱਕ ਕੇ ਇਦਾਂ ਰਹਿ ਸਕੀ ਆਂ ਔਰ ਅਸੀਂ ਜਿੰਨਾ ਹਾਸਲ ਕੀਤਿਆਂ ਨੇ ਤਾਂ ਉਹ ਸ਼ਰਅ ਮੈਂ ਸਾਰਾ ਜਲੰਧਰ ਵਾਸੀਆਂ ਨੂੰ ਦਿੰਨੀ ਐ ਜਿਨ੍ਹਾਂ ਨੇ ਸਾਨੂੰ ਪਿਆਰ ਦਿੱਤਾ ਔਰ ਜਿਨ੍ਹਾਂ ਨੂੰ ਅਸੀਂ ਸੇਵਾ ਦੇ ਸਕੇ ਔਰ ਸੇਵਾ ਦੇ ਬਦਲੇ ਉਹਨਾਂ ਨੇ ਸਾਨੂੰ ਬਾਰ-ਬਾਰ ਸਾਨੂੰ ਆਪਣਾ ਸਹਿਯੋਗ ਦੇ ਕੇ ਸਾਨੂੰ ਕਾਮਯਾਬੀ ਦਿੱਤੀ ਬਿਲਕੁਲ ਤੁਸੀਂ ਪ੍ਰੋਫੈਸਰ ਵੀ ਰਹੇ ਹੋ ਰਾਜਨੀਤਿਕ ਪਰਿਵਾਰ ਵੀ ਤੁਹਾਡਾ ਰਿਆਬੜਾ ਲੰਮਾ ਸਮਾਂ ਤੇ ਕੀ ਕਿਹੜੀ ਚੀਜ਼ ਲੱਗਦੀ ਹੈ ਕਿ ਜਿਹੜੀ ਹੁਣ ਤੱਕ 15 ਵਾਰ ਕਾਂਗਰਸ ਜਿੱਤ ਕੇ ਜਾਂ ਹੋਰ ਪਾਰਟੀਆਂ ਜਿੱਤ ਕੇ ਜਲੰਧਰ ਦੇ ਵਿੱਚ ਨਹੀਂ ਕਰ ਸਕੀਆਂ ਤੇ ਤੁਹਾਨੂੰ ਉਹ ਇੱਕ ਸਾਲ ਜੇ ਮਿਲਿਆ ਜੇ ਹੁਣ ਤੁਸੀਂ ਜੋਂ ਜਿੱਤ ਜੰਨੇ ਹੋ ਤਾਂ ਕਿਹੜਾ ਕੰਮ ਆ ਜਿਹੜਾ ਤੁਸੀਂ ਜਲੰਧਰ ਲਈ ਕਰੋਗੇ ਇਹ ਜਿਮਨੀ ਚੋਣ ਹੈ ਜੀ ਔਰ ਜਿਮਨੀ ਚੋਣ ਬਾਏ ਇਲੈਕਸ਼ਨ ਜਿਹੜੀ ਹੈ ਉਹ ਚੌਧਰੀ ਸਾਹਿਬ ਦੇ ਸ਼ਹਾਦਤ ਜੋ ਭਾਰਤ ਜੋੜੋ ਯਾਤਰਾ ਦੇ ਦੌਰਾਨ ਉਹਨਾਂ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਉਹਨਾਂ ਦੀ 14 ਜਨਵਰੀ ਨੂੰ ਜਿਹੜੀ ਹੈ ਡੈਥ ਹੋ ਗਈ ਸੀ ਔਰ ਉਸ ਤੋਂ ਬਾਅਦ ਬੇਸ਼ੱਕ ਇਸ ਸਾਡਾ ਪਰਿਵਾਰ ਕਾਫੀ ਜਿਹੜਾ ਹੈ ਇੱਕ ਸਦਮੇ ਚ ਹੈ ਔਰ ਪਾਰਟੀ ਨੂੰ ਵੀ ਬਹੁਤ बड़ा ਇਧਰ ਚ ਨੁਕਸਾਨ ਹੋਇਆ ਹੈ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਮਾਹੌਲ ਬਣਿਆ ਜਿਹਦੇ ਵਿੱਚ ਸਾਨੂੰ ਇੱਕਦਮ ਸੋਚਣਾ ਪਿਆ ਕਿ ਅਸੀਂ ਇਲੈਕਸ਼ਨ 'ਚ ਜਾਣਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹ ਲਓ ਵੀ ਮੈਨੂੰ ਇੱਕ ਇੱਕ ਰਸਤੇ ਤੁਰਨ ਨੂੰ ਮੈਨੂੰ ਪ੍ਰੇਰਿਤ ਕੀਤਾ ਉਹਨਾਂ ਨੇ ਕਿ ਮੈਂ ਕਾਂਗਰਸ ਹਾਈ ਕਮਾਂਡ ਦਾ ਇਹ ਜਿਹੜਾ ਮੈਨੂੰ ਇੱਕ ਹੁਕਮ ਹੋਇਆ ਕਿ ਤੁਸੀਂ ਅੱਗੇ ਹੋ ਕੇ ਲੜੋ ਔਰ ਮੈਂ ਆਪਣਾ ਇਹਨੂੰ ਧਰਮ ਸਮਝ ਕੇ ਜਾਂ ਆਪਣੇ ਨਿੱਜੀ ਜਿਹੜੇ ਦੁੱਖ ਹੈ ਉਹਨੂੰ ਇੱਕ ਪਾਸੇ ਕਰਕੇ ਮੈਂ ਇਸ ਨਵੇਂ ਜਿਹੜੇ ਯਾਤਰਾ ਤੇ ਨਿਕਲੀ ਆ ਔਰ ਮੈਂ ਚਾਹਨੀ ਆ ਕਿ ਮੈਂ ਜੋ ਕੰਮ ਚੌਧਰੀ ਸਾਹਿਬ ਨੇ ਆਪਣੇ ਸਮੇਂ ਚ ਉਲੀਕੇ ਸੀ ਜਿਹੜੇ ਹੁਣ ਕੁਝ ਪੂਰੇ ਹੋਣ ਦੇ ਕਗਾਰ ਤੇ ਨੇ ਜਿਸ ਤਰ੍ਹਾਂ ਰੇਲਵੇ ਸਟੇਸ਼ਨਸ ਬਣ ਰਹੇ ਨੇ ਉਹਨਾਂ ਦੀ ਮੰਦੀ ਇੱਛਾ ਸੀ ਕਿ ਨਵੀਨੀਕਰਨ ਹੋਣਾ ਚਾਹੀਦਾ ਹੈ 에어ਪੋਰਟ ਜਿਹੜਾ ਹੈ ਉਹ ਜਲੰਧਰ ਨੂੰ ਬਹੁਤ ਜ਼ਰੂਰੀ ਸੀ ਕਿਉਂਕਿ ਤੋਂ ਪਿਲਗ੍ਰਿਮੇਜ ਇਕ ਲੰਬੀ ਜਾਂਦੀ ਹੈ ਸਾਡੀ ਵੈਸ਼ਨੂ ਦੇਵੀ ਮਾਤਾ ਨੂੰ ਔਰ ਹੋਰ ਸਾਰੇ ਇਧਰ ਹਿਮਾਚਲ ਦੇ ਜਿਹੜੇ ਸਾਡੇ ਦੇਵੀ ਮੰਦਰ ਨੇ ਔਰ ਬੜੀ ਬੜੇ ਹੋਰ ਤੀਰਥ ਸਥਾਨ ਨੇ ਇਸ ਤੋਂ ਇਲਾਵਾ ਇਹ ਤੇ ਸਪੋਰਟਸ ਮਾਰਕਟ ਹੈ ਇਸ ਤੋਂ ਇਲਾਵਾ ਹੈਂਡ ਟੂਲ ਮਾਰਕਟ ਹੈ ਔਰ ਇਹ ਤੋਂ ਐਨ ਆਰ ਆਈ 벨ਟ ਹੈ ਜਿਨ੍ਹਾਂ ਨੂੰ ਇੱਕ 에어ਪੋਰਟ ਦੀ ਬੜੀ ਸਖਤ ਜ਼ਰੂਰਤ ਹੈ ਅੰਮ੍ਰਿਤਸਰ ਤੋਂ ਜਾਂ ਦਿੱਲੀ ਤੋਂ ਜਾਂ ਚੰਡੀਗੜ੍ਹ ਤੋਂ ਆਣਾ ਦੂਰੀ ਪੈਂਦੀ ਹੈ ਸੋ ਇਹ ਸਾਰੇ ਕੁਝ ਜਿਹੜੇ ਨੇ ਚੀਜ਼ਾਂ ਜਿਹੜੀਆਂ ਆਲਮੋਸਟ 온 ਫਿਨਿਸ਼ਿੰਗ ਉਦੇਤੇ ਨੇ ਤਾਂ ਇਸ ਤੋਂ ਇਲਾਵਾ ਜਲੰਧਰ ਨੂੰ ਸਮਾਰਟ ਕਰਨਾ ਚਾਹੀ ਜਲੰਧਰ ਨੂੰ ਸਮਾਰਟ ਕਰਨਾ ਪਰ ਜਲੰਧਰ ਨੂੰ ਪਾਲਿਸ਼ ਕਰਨਾ ਇੱਕ ਬੜਾ ਵੱਡਾ ਚੈਲੰਜ ਹੈ ਉਹਨੂੰ ਇਸ ਸਕੀਮ ਚ ਲਿਆਉਣਾ ਚੌਦੀ ਸਾਹਿਬ ਦੀ ਉਪਲਬਧੀ ਹੈ ਤੇ ਮੈਂ ਇਹਨਾਂ ਸਾਰਿਆਂ ਕੰਮਾਂ ਨੂੰ ਆਪਣਾ ਨੀਜੀ ਖੇਤਰ ਸਿੱਖਿਆ ਨੂੰ ਨਾਲ ਲੈ ਕੇ ਉਹਨਾਂ ਨੂੰ ਵੀ ਮੈਂ ਪੂਰਾ ਕਰਨਾ ਚਾਹੂੰਗੀ ਔਰ ਆਪਣੇ ਜਲੰਧਰ ਵਾਸੀਆਂ ਦੇ ਵਿੱਚ ਇੱਕ ਵਰਕਰ ਵਾਂਗ ਮੈਂ ਕੰਮ ਕਰਨਾ ਚਾਹੁੰਨੀ ਹੈ ਜਿਦੇ ਵਿੱਚ ਮੈਂ ਜਿੱਥੇ ਸਿੱਖਿਆ ਨੂੰ ਔਰ ਖਾਸ ਤੌਰ ਤੇ ਮਹਿਲਾ ਸਿੱਖਿਆ ਨੂੰ ਔਰ ਖਾਸ ਤੌਰ ਤੇ ਮੈਂ ਆਪਣੇ ਜਿਹੜੇ ਗਰੀਬ ਔਰ ਇਕਨੋਮਿਕਲੀ ਬੈਕਵਰਡ ਬੱਚੇ ਬੱਚੀਆਂ ਨੇ ਉਹਨਾਂ ਵਾਸਤੇ ਜੋ ਮੈਂ ਕੰਮ ਕੀਤਾ ਉਹਨੂੰ ਮੈਂ ਜਾਰੀ ਰੱਖਦੀ ਹੋਈ ਇਹ ਇਨਾ ਖੇਤਰਾਂ ਚ ਵੀ ਹੋਰ ਮੈਂ ਆਪਣਾ ਕੰਮ ਦਾ ਯੋਗਦਾਨ ਦੇਣਾ ਚਾਹਾਂਗੀ ਜੀ ਬਾਕੀ ਸਾਰੀਆਂ ਪਾਰਟੀਆਂ ਦੇ ਵੀ ਕੈਂਡੀਡੇਟ ਹੈਗੇ ਨੇ ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਅਚਾਨਕ ਜਿਹੜੀ ਜਿਮਨੀ ਚੋਂ ਆਈ ਮੈਂ ਮੁਕਾਬਲਾ ਆਪਣੇ ਆਪ ਨਾਲ ਕੀਤਾ ਇੱਕ ਚੈਲੰਜ ਸੀਗਾ ਮੇਰੇ ਲਈ ਔਰ ਇੱਕ ਫੌਜੀ ਪਰਿਵਾਰ ਤੋਂ ਹਾਂ ਜਿਨ੍ਹਾਂ ਨੇ ਵਰਲਡ ਵਾਰ ਲੜੀ ਮੇਰੇ ਦਾਦੀ ਨੇ ਮੇਰੇ ਬ੍ਰਦਰ ਨੇ ਕਾਰਗਿਲ ਵਾਰ ਲੜੀ ਮੇਰੇ ਇੱਕ ਬ੍ਰਦਰ ਨੇ ਹੈਲਥ ਦੇ ਸੈਕਟਰ ਚ ਐਸ ਡਾਕਟਰ ਕੰਮ ਕੀਤਾ ਮੈਂ ਸਿੱਖਿਆ ਦੇ ਖੇਤਰ ਚ ਕੰਮ ਕੀਤਾ ਮੈਨੂੰ ਇਹ ਸਾਰੀ ਪ੍ਰੇਰਣਾ ਜਿਹੜੀ ਹੈ ਔਰ ਇੱਕ ਬੋਲਡ ਹੋ ਕੇ ਕਿਸੇ ਚੈਲੰਜ ਨੂੰ ਐਕਸੈਪਟ ਕਰਨ ਦਾ ਜੋ ਮੇਰੇ ਚ ਇਹ ਆਪਣੇ ਇੱਕ ਮੈਨੂੰ ਸੰਸਕਾਰਾਂ ਚ ਮਿਲਿਆ ਮੈਂ ਆਪਣੇ ਆਪ ਨੂੰ ਕਹ ਲਓ ਕਿ ਇੱਕ ਤਰ੍ਹਾਂ ਸਟਰੋਂਗ ਕੀਤਾ ਆਪਣੇ ਆਪ ਨੂੰ ਕਿ ਮੈਂ ਇਸ ਖੇਤਰ ਚ ਅੱਗੇ ਵਧਾਂ ਔਰ ਕੰਮ ਕਰਾਂ ਔਰ ਜੇ ਮੈਂ ਕਹਾ ਤੇ ਇਹ ਇੱਕ ਇਦਾਂ ਵੀ ਚੈਲੰਜ ਹੈ ਕਿ ਪਹਿਲੀ ਵਾਰੀ 75 ਸਾਲਾਂ ਦੇ ਵਿੱਚ ਇੱਕ ਮਹਿਲਾ ਨੂੰ ਟਿਕਟ ਮਿਲਿਆ ਔਰ ਇਸ ਤੋਂ ਇਲਾਵਾ ਰਵਾਇਤੀ ਜਿਹੜੀਆਂ ਪਾਰਟੀਆਂ ਨੇ ਸਰਮਾਇਦਾਰ ਪਾਰਟੀਆਂ ਨੇ ਫਿਰ ਰੂਲਿੰਗ ਪਾਰਟੀ ਹੈ ਇਹ ਚੈਲੰਜਸ ਹਨ ਜਿਨ੍ਹਾਂ ਨੂੰ ਮੈਂ ਆਪਣੇ ਇਹਨਾਂ ਆਪਣੀ ਸ਼ਕਤੀ ਦੇ ਨਾਲ ਆਪਣੀ ਬੋਲਡਨੈਸ ਨਾਲ ਆਪਣੇ ਸਵੈ ਯੂ نو ਕੌਨਫੀਡੈਂਸ ਦੇ ਨਾਲ ਮੈਂ ਲੜਨਾ ਚਾਹਨੀ ਹੈ ਰੂਲਿੰਗ ਪਾਰਟੀ ਦਾ ਤੁਹਾਡੀ ਪਾਰਟੀ ਦੇ ਵਿੱਚੋਂ ਕੈਂਡੀਡੇਟ ਕਹਿੰਦੇ ਉਧਰ ਲਿਜਾ ਕੇ ਸ਼ਾਮ ਕਰਾ ਕੇ ਉਹਨਾਂ ਨੇ ਕੈਂਡੀਡੇਟ ਕਿਵੇਂ ਦੇਖਦੇ ਹੋ ਉਸ ਚੀਜ਼ ਤੁਸੀਂ ਇਹ ਗੱਲ ਹਰ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਹੁੰਦੀ ਹੈ ਜਲੰਧਰ ਵਾਸੀ ਬੜੇ ਸਿਆਣੇ ਨੇ ਹੁਣ ਰਵਾਇਤੀ ਪਾਰਟੀਆਂ ਤੋਂ ਪਾਵ ਹੈ ਕਿ ਸਾਡੇ ਰੂਲਿੰਗ ਪਾਰਟੀ ਆਪ ਦੀ ਜਿਨ੍ਹਾਂ ਦਾ ਚੋਣ ਚਿੰਨ ਝਾੜੂ ਹੈ ਜੀ ਫਿਰ ਅਕਾਲੀ ਦਲ ਜਿਹੜੀ ਨੇ ਉਹਨਾਂ ਨੇ ਬਸਪਾ ਨਾਲ ਸਮਝੌਤਾ ਕੀਤਾ ਹੈ ਜੀ ਔਰ ਸਾਡੀ ਹੈਗੀ ਹੈ ਜੀ ਭਾਜਪਾ ਜਿਹੜੀ ਸੈਂਟਰ ਚ ਰੂਲ ਕਰ ਰਹੀ ਹੈ ਚੌਧਰੀ ਸਾਹਿਬ ਦੇ ਨਿਦਨ ਤੋਂ ਬਾਅਦ ਇਨਾਫ ਟਾਈਮ ਸੀਗਾ ਉਹਨਾਂ ਕੋਲ ਜਿਸ ਤਰ੍ਹਾਂ ਇੱਕ ਬਦਲਾਵ ਦੀ ਨੇਰੀ ਲਿਆ ਕੇ ਇਹਨਾਂ ਕੋਲ 92 ਅ ਮੈਂਡੇਟ 'ਚ 92 ਐਮਐਲਏ ਮਿਲੇ ਤੇ 92 ਐਮਐਲਿਆਂ ਨੂੰ ਕਿੰਨੇ ਕਿੰਨੇ ਹਜ਼ਾਰਾਂ ਵੋਟਾਂ ਮਤਲਬ ਮੇਰਾ خیال ਹੈ ਕਈ ਜਗ੍ਹਾ 30 35 35 ਹਜ਼ਾਰ ਦੇ ਵੋਟ ਤੇ ਲੋਕ ਜਿੱਤੇ ਹਨ ਤੇ ਇੰਨੇ ਵੱਡੇ ਮੈਂਡੇਟ ਦੇ ਵਿੱਚ ਮੈਂ ਹੈਰਾਨ ਆ ਕਿ ਇਹਨਾਂ ਦਾ ਸਭ ਤੋਂ ਪਹਿਲਾ ਫੋਰਟ ਨਾਈਟ ਸਾ ਇਸ ਗੱਲ ਤੇ ਜ਼ੋਰ ਤੇ ਲੱਗਿਆ ਕਿ ਅਸੀਂ ਸ਼ਿਕਾਰ ਕਿੱਥੋਂ ਖੇਡੀਏ ਔਰ ਉਹ ਵੀ ਕੈਂਡੀਡੇਟ ਦਾ ਤੇ ਇਹ ਸਭ ਕੁਝ ਤਾਂ ਦੁਨੀਆ ਦੇਖ ਰਹੀ ਹੈ ਨਾ ਜਲੰਧਰ ਵਾਸੀ ਦੇਖ ਰਹੇ ਨੇ ਔਰ ਮੰਦ ਭਾਗੀ ਗੱਲ ਹੈ ਕਿ ਇੱਕ ਸਟੈਬਲਿਸ਼ਡ ਇੱਕ ਲੀਡਰੀ ਲੀਡਰ ਦੇ ਤੌਰ ਤੇ ਉੱਭਰ ਰਹੇ ਹੋਏ ਇੱਕ ਸਖਸ਼ ਨੇ ਆਪਣੇ ਆਪ ਨੂੰ ਅਰਪਿਤ ਕਰ ਦਿੱਤਾ ਇਆ ਕੇ ਲੋ ਪੱਧੇ ਸ਼ਬਦਾਂ ਚ ਤੇ ਇੱਕ ਗਦਾਰੀ ਕਰ ਦਿੱਤੀ ਆਪਣੇ ਹੀ ਪਾਰਟੀ ਨਾਲ ਜੀ ਨੇ ਉਹਨਾਂ ਨੂੰ ਇੱਕ ਛੋਟੇ ਪੰਦਰ ਤੋਂ ਉੱਠ ਕੇ ਇੱਕ ਐਮਐਲਏ ਬਣਾਇਆ ਇਹ ਨਹੀਂ ਹੁੰਦੇ ਸੀ ਕਹਿੰਦਾ ਵੀ ਕਾਂਗਰਸ ਭਵਨ ਜਿਹੜਾ ਇੱਥੇ ਕਾਂਗਰਸ ਦਾ ਦਫ਼ਤਰ ਹੈਗਾ ਵੀ ਉੱਤੇ ਜਿਹੜੇ ਗਦਾਰਾਂ ਦੀਆਂ ਫੋਟੋਆਂ ਲਾਇਓ ਕਹਿੰਦੇ ਰਹੇ ਹੁਣ ਤਾਂ ਕਹਿੰਦੇ ਜਿਹੜੇ ਪਾਰਟੀ ਛੱਡ ਕੇ ਚਲੇ ਗਏ ਜਦੋਂ ਇੱਥੇ ਸੀਗੇ ਮੈਂ ਗੁਲਵਿੰਦਰ ਜੀ ਨੀਜੀ ਗੱਲਾਂ ਮੇਰੀ ਮੇਰੇ ਅਸੂਲਾਂ ਤੋਂ ਖਲਾਫ ਹਾਂ ਮੈਂ ਤਾਂ ਸਿਰਫ ਇੰਨਾ ਕਹਾਂਗੀ ਕਿ ਇਹ ਮੰਦਪਾਗੀ ਔਰ ਬੜੀ ਹੀ ਇਮੈਚੁਰ ਡਿਸੀਜਨ ਸੀਗਾ ਟੂ ਡਿਚ ਅ ਪਾਰਟੀ অর ਟੂ ਬਾਈਟ ਦਾ ਹੈਂਡ ਥੈਟ ਫੈਡ ਹਿਮ ਜਿਸ ਨੇ ਦੁਨੀ ਵਾਲਾ ਮੂੰਹ ਚ ਪਾਇਆ ਉਹਦਾ ਹੱਥ ਕੱਟ ਲਿਆ ਇੱਕ ਕਿਤ ਘੰਟਾ ਹੈ ਔਰ ਕਿਤ ਘੰਟਾ ਨੂੰ ਗੁਰੂ ਗ੍ਰੰਥ ਸਾਹਿਬ ਚ ਵੀ ਮਾਫੀ ਨਹੀਂ ਹੈ ਦੂਸਰੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਇੱਕ ਲੁਧਿਆਣੇ ਤੋਂ ਲੈ ਕੇ ਆਏ ਨੇ ਜੀ ਬਿਲਕੁਲ ਫਰੈਸ਼ ਇਕ ਇਸੇ ਤਰ੍ਹਾਂ ਆਪਣੀ ਜੋ ਸਿਆਸੀ ਪਚੋਕੜ ਹੈ ਆਇਆ ਆਪਣੀ ਸਿਆਸੀ ਹੋੰਦ ਹੈ ਉਹ ਹਾਤੀ ਚ ਰਹਿ ਕੇ ਬਸ ਪੱਛ ਬਣਾਈ ਫਿਰ ਉਹਨੂੰ ਧੋਖਾ ਦੇ ਕੇ ਹੁਣ ਦੂਸਰੀ ਪਾਰਟੀ ਚ ਬੈਠ ਕੇ ਉਹਦੇ ਨਮਾਇंदे ਬਣੇ ਸੋ ਸਭ ਤੋਂ ਪਹਿਲਾਂ ਤਾਂ ਜੀ ਨਿਸ਼ਟਾ ਔਰ ਵਫਾਦਾਰੀ ਕਾਊਂਟ ਕਰਦੀ ਹੈ ਕਿ ਤੁਸੀਂ ਆਪਣੇ ਪ੍ਰਤੀ ਇੱਕ ਵਿਚਾਰਧਾਰਾ ਨਾਲ ਜੁੜ ਕੇ ਜਿੱਥੇ ਪਲਦੇ ਵੜਦੇ ਹੋ ਤੁਸੀਂ ਜੇ ਉਹਦੇ ਮਿੱਤ ਨਹੀਂ ਹੋਏ ਜੇ ਤੁਸੀਂ ਉਹਦੇ ਵਫਾਦਾਰ ਨਹੀਂ ਹੋਏ ਤਾਂ ਜਿਹਨੂੰ ਤੁਸੀਂ 10 ਦਿਨ ਪਹਿਲਾਂ ਜੁਆਇਨ ਕੀਤੀ ਪਾਰਟੀ ਉਹਦੇ ਤੁਸੀਂ ਸੋਲੇ ਕਿੱਦਾਂ ਗਾਉਂਗੇ ਕਿਸ ਤਰ੍ਹਾਂ ਜਸਟੀਫਾਈ ਕਰੋਗੇ ਔਰ ਲੋਕ ਤੁਹਾਨੂੰ ਐਕਸੈਪਟ ਕਿੱਦਾਂ ਕਰਨਗੇ ਇਹ ਸਵਾਲ ਉਹਨਾਂ ਨੂੰ ਪੁੱਛਣਾ ਚਾਹੀਦਾ ਮੈਨੂੰ ਨਹੀਂ ਬਿਲਕੁਲ ਤੇ ਸੀਐਮ ਭਗਵੰਤ ਮਾਨ ਹੁਣੇ ਕਹਿੰਦੇ ਨੇ ਕਹਿੰਦੇ ਵੀ 70 ਸਾਲ ਹੋ ਗਏ ਕਾਂਗਰਸ ਪਾਰਟੀ ਨੇ ਬੜਾ ਲੰਮਾ ਸਮਾਂ ਰੂਲ ਵੀ ਕੀਤਾ ਇਹਨੇ ਹੋਰ ਪਾਰਟੀਆਂ ਨੇ ਵੀ ਕੀਤਾ ਕਹਿੰਦੇ ਵੀ ਪਰ ਉਹ ਕੰਮ ਕਰਨ ਨਹੀਂ ਪਾਏ ਕਹਿੰਦੇ ਹੁਣ ਇੱਕ ਸਾਲ ਚ ਕੀ ਕਰ ਲੈਣਗੇ ਉਹ ਪਤਾ ਨਹੀਂ ਕਿਹੜੇ ਕੰਮਾਂ ਦੀ ਗੱਲ ਕਰਦੇ ਨੇ ਜੀ ਸਾਰੀ ਦੁਨੀਆ ਸੜਕਾਂ ਤੇ ਬੈਠੀ ਐ ਤੁਸੀਂ ਦੇਖ ਲਓ ਕਿੰਨੇ ਧਰਨੇ ਲੱਗ ਰਹੇ ਹੁਣ ਉਹਦਣ ਆਂਗਣਵਾੜੀ ਦੀਆਂ ਆਸ਼ਾ ਵਰਕਰਸ ਇਹ ਜਿਹੜੀ ਛੋਟੇ ਛੋਟੀ ਮੁਲਾਜ਼ਮਾਂ ਨੇ ਜਿਨ੍ਹਾਂ ਦੀ ਥੋੜੀ ਥੋੜੀ ਤਨਖਾਹ ਹੈ ਉਹਨਾਂ ਦੇ ਮਿਹਨਤਾਨਾ ਨਹੀਂ ਮਿਲ ਰਹੇ ਔਰ ਉਹ ਸਾਰੇ ਸੜਕਾਂ ਤੇ ਬੈਠੇ ਨੇ ਔਰ ਇਸ ਤੋਂ ਇਲਾਵਾ ਤੁਸੀਂ ਵੇਖੋ ਕਿ ਮੁਲਾਜ਼ਮ ਵਰਗ ਕਿੰਨਾ ਦੁਖੀ ਹੈ इवन ਗਵਰਨਮੈਂਟ ਅਫੀਸ਼ੀਅਲਸ ਜਿਹੜੇ ਨੇ ਉਹ ਦੁਖੀ ਨੇ ਹਰ ਇੱਕ ਵਰਗ ਚਾਹੇ ਉਹ ਚਾਹੇ ਉਹ ਮਿਡਲ ਕਲਾਸ ਹੈ ਲੋਅਰ ਮਿਡਲ ਕਲਾਸ ਹੈ ਜਾਂ इवन ਜਿਹੜੇ ਗਰੀਬੀ ਰੇਖਾ ਤੋਂ ਦੂਰ ਨੇ ਜਿੱਥੇ ਜਾਂਦਾ ਉੱਥੇ ਕਹਿੰਦੇ ਨੇ ਜੀ ਸਾਡੇ ਆٹے ਦਾਲ ਦੇ ਕਾਰਡ ਕੱਟ ਦਿੱਤੇ ਕੋਈ ਕਹਿੰਦਾ ਜੀ ਸਾਡੇ ਜਿਹੜੇ ਆਯੁਸ਼ਮਾਨ ਦੇ ਕਾਰਡ ਹੈ ਉਹ ਕੱਟਦੇ ਸਾਨੂੰ ਸਿਹਤ ਸਹੂਲਤ ਨਹੀਂ ਮਿਲਦੀ ਪਈ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਸਾਰਿਆਂ ਦਾ ਜੇ ਇੱਕ ਤੁਸੀਂ ਟੀਵੀ ਦੇ ਵਿੱਚ ਚੈਨਲ ਖਰੀਦ ਕੇ ਜਾਂ ਆਪਣੇ ਆਪ ਨੂੰ ਉਹਦੇ ਤੇ ਕਰੋੜਾ ਰੁਪਇਆ ਲਾ ਕੇ ਉਹਨੂੰ ਸ਼ੋਅ ਕਰੋਗੇ ਤਾਂ ਜ਼ਮੀਨੀ ਹਕੀਕਤ ਬਹੁਤ ਫਰਕ ਹੈ ਇੱਕ ਸਿੱਧੂ ਮਸੇਵਾਲੇ ਦੇ ਮਾਤਾ ਪਿਤਾ ਇੱਥੇ ਪ੍ਰਚਾਰ ਕਰਨ ਦੇ ਲਈ ਆਏ ਨੇ ਉਹਨਾਂ ਦੀ ਮੌਤ ਹੋ ਗਈ ਸੀ ਪਿੱਛੇ ਜੇ ਗੈਂਗਸਟਰਾਂ ਦੇ ਵੱਲੋਂ ਹਮਲਾ ਕਰਤਾ ਸੀ ਤੇ ਉਹਦਾ ਬੜਾ ਗੱਲ ਚੱਲ ਰਹੀ ਹੈ ਉਹ ਕਹਿੰਦੇ ਕਿ ਕਾਂਗਰਸ ਨੂੰ ਬੈਨੀਫਿਟ ਦੇਣ ਦੇ ਲਈ ਉਹ ਇੱਥੇ ਆਏ ਨੇ ਤੇ ਕਿਵੇਂ ਦੇਖਦੇ ਹੋ ਇਹਨਾਂ ਗੱਲਾਂ ਕਿੰਨੇ ਦੁੱਖ ਦੀ ਗੱਲ ਹੈ ਜੇ ਕੋਈ ਇੰਜ ਕਹਿ ਰਿਹਾ ਇਕ ਮਾਂ ਬਾਪ ਦਾ ਇਕਲੌਤਾ ਬੱਚਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਔਰ ਉਹ ਮਾਂ ਬਾਪ ਆਪਣੇ ਲਈ ਇਨਸਾਫ ਮੰਗ ਰਹੇ ਹੈ ਪ੍ਰੋਪਰ ਵੇ ਨਾਲ ਉਹਨਾਂ ਨੇ ਇਨਸਾਫ ਮੰਗਿਆ ਉਹਨਾਂ ਨੂੰ ਸਮਾਂ ਦਿੱਤਾ ਗਿਆ ਉਹਨਾਂ ਨੇ ਸਬਰ ਕੀਤਾ ਆਪਣੇ ਦੁੱਖ ਨੂੰ ਅੰਦਰ ਗੰਢ ਬੰਨ੍ਹ ਕੇ ਉਹਨਾਂ ਨੇ ਫੇਰ ਮਿੰਤਾ ਪਾਈਆਂ ਅਪੀਲਸ ਕੀਤੀਆਂ ਲੇਕਿਨ ਜਦੋਂ ਨਹੀਂ ਹੋਇਆ ਤਾਂ ਉਹਨਾਂ ਨੂੰ ਬਾਹਰ ਨਿਕਲਣਾ ਪਿਆ ਤਾਂ ਇਹਦਾ ਫਾਇਦਾ ਕਾਂਗਰਸ ਨੂੰ ਕਿਸ ਤਰ੍ਹਾਂ ਹੋਏਗਾ ਜੀ ਇਹ ਤਾਂ ਇੱਕ ਮਾਪਿਆਂ ਦੀ ਇੱਕ ਫਰਿਆਦ ਹੈ ਜਿਹੜੀ ਉਹ ਹਰ ਘਰ ਹਰ ਗਲੀ ਹਰ ਜਗ੍ਹਾ ਪਹੁੰਚਾ ਰਹੇ ਨੇ ਕਿ ਇਹ ਵੀ ਕਹਿ ਰਹੇ ਨਹੀਂ ਚਾਹੇ ਨੋਟਾਂ ਨੂੰ ਪਾ ਦੋ ਕਹਿੰਦੇ ਜੇ ਤੁਹਾਨੂੰ ਉਹ ਨਹੀਂ ਲੱਗਦਾ ਪੈਸੀ ਪ੍ਰਚਾਰ ਸੁਣੇ ਉਹਨਾਂ ਦਾ ਉਹ ਕਹਿੰਦੇ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਪਾਓ ਉਦੋਂ ਬਾਅਦ ਜਦੋਂ ਕਹਿੰਦੇ ਜੇ ਤੁਹਾਨੂੰ ਕੈਂਡੀਡੇਟ ਸਹੀ ਲੱਗਦਾ ਕੋਈ ਉਹਨੂੰ ਪਾ ਦੋ ਚਾਹੇ ਨੋਟਾਂ ਸਹੀ ਲੱਗਦਾ ਤਾਂ ਉਹਨੂੰ ਪਾ ਦੋ ਮੈਂ ਸੁਣਿਆ ਨਹੀਂ ਜੀ ਉਹਨਾਂ ਦਾ ਲੇਕਿਨ ਮੈਂ ਤਾਂ ਇੱਕ ਮਾਂ ਹਾਂ ਔਰ ਇੱਕ ਇੱਕ ਇਕਲੌਤੇ ਬੇਟੇ ਦੀ ਮਾਂ ਹਾਂ ਤਾਂ ਮੈਂ ਉਹਨਾਂ ਦਾ ਦਰਦ ਸਮਝ ਸਕਦੀ ਹਾਂ ਕਿ ਇੱਕ ਮਾਂ ਦੇ ਦਿਲ ਤੇ ਇੱਕ ਬਾਪ ਦੇ ਦਿਲ ਤੇ ਕੀ ਬੀਤੀ ਹੋਈ ਆਖਰੀ ਸਵਾਲ ਮੇਰਾ ਆਖਰੀ ਸਵਾਲ ਆ ਕਿ ਕਾਂਗਰਸ ਪਾਰਟੀ ਬੜੀ ਇਕਜੁੱਟਤਾ ਦੇ ਨਾਲ ਦਿਖਾਈ ਦਿੱਤੀ ਖਾਸ ਕਰਕੇ ਤੁਹਾਨੂੰ ਚੋਣਾਂ ਦੇ ਵਿੱਚ ਤੁਹਾਨੂੰ ਚੋਣ ਜਿਤਾਉਣ ਦੇ ਲਈ ਕੀ ਲੱਗਦਾ ਹੈ ਕਿ ਬਾਅਦ ਦੇ ਵਿੱਚ ਵੀ ਇਸ ਤਰ੍ਹਾਂ ਇੱਕ ਜੁਟ ਰਾਹੂਗੀ ਕਾਂਗਰਸ ਜਾਂ ਤੁਸੀਂ ਕਰ ਸਕੋਗੇ ਜਿਸ ਤਰ੍ਹਾਂ ਹੁਣ ਹੋਈ ਹੈ ਦੇਖੋ ਇਹ ਬਹੁਤ ਹੀ ਇੱਕ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਲੇਕਿਨ ਮੈਂ ਕਾਂਗਰਸ ਨੂੰ ਸਦਾ ਇੱਕੀ ਦੇਖ ਰਹੀ ਹਾਂ ਕਿਉਂਕਿ ਜਿਮਨੀ ਚ ਹੋਣਾ ਤੁਸੀਂ ਦੂਜੀਆਂ ਪਾਰਟੀਆਂ ਬਾਰੇ ਕਿਹਾ ਕਿ ਉਹਨਾਂ ਦੇ ਸੁਪੀਮੋ ਆ ਰਹੇ ਨੇ ਔਰ ਲੜ ਰਹੇ ਨੇ ਔਰ ਪ੍ਰਚਾਰ ਕਰ ਰਹੇ ਨੇ ਉਸ ਉਸ ਬੰਦੇ ਲਈ ਪ੍ਰਚਾਰ ਕਰ ਰਹੇ ਨੇ ਜਿਹੜਾ ਉਹਨਾਂ ਨੇ ਚੋਰੀ ਕੀਤਾ ਹੈ ਜਾਂ ਉਹਨੂੰ ਕਿਸੇ ਤਰੀਕੇ ਖੋਇਆ ਹੈ ਜਾਂ ਉਹਨੂੰ ਕਿਸੇ ਤਰੀਕੇ ਵੁਰਗਲਾਇਆ ਹੈ ਮੇਰੀ ਕਾਂਗਰਸ ਪਾਰਟੀ ਤਾਂ ਆਪਣੇ 100 ਸਾਲ ਪੁਰਾਣੇ ਪਰਿਵਾਰ ਦੇ ਨਮਾਇंदे ਦੀ ਮਦਦ ਕਰ ਰਹੇ ਨੇ ਔਰ ਇਕਜੁੱਟ ਨੇ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਕਜੁਕਤਾ ਹੈ ਤਾਂ ਤਾਂ ਉਸ ਤਰ੍ਹਾਂ ਦੀ ਕਿਉਂ ਨਹੀਂ ਇਹ ਹੈ ਤਾਂ ਤਦੇ ਹੋਈ ਹੈ ਹੂੰ ਇਹ ਚੋਣ ਵਾਸਤੇ ਤਾਂ ਨਹੀਂ ਦਿਖਾਈ ਗਈ 24 ਚ ਤਾਂ ਫਿਰ ਚੋਣਾਂ ਨੇ ਹੂੰ ਜਨਰਲ ਇਲੈਕਸ਼ਨ ਆ ਰਹੀ ਹੈ ਪੂਰੀ ਕੰਟਰੀ will go to polls ਹੂੰ ਕਾਂਗਰਸ ਇੱਕ ਹੈ ਇੱਕ ਰਹੇਗੀ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਸਮਾਂ ਦੇਣ ਲਈ ਤਾਂ ਇਹ ਸੰਨ ਪ੍ਰੋਫੈਸਰ ਕਮਜੀਤ ਕੌਰ ਚੌਧਰੀ ਜਿਨ੍ਹਾਂ ਨੇ ਅੱਜ ਅਸੀਂ ਗੱਲਬਾਤ ਕੀਤੀ ਆ ਹਰ ਸਵਾਲ ਦਾ ਬੜੀ ਸਹਜਤਾ ਦੇ ਨਾਲ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਜੇਕਰ ਮੁਲਾਕਾਤ ਤੁਹਾਨੂੰ ਕਿਵੇਂ ਲੱਗੀ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ